ਸਤਿ ਸ਼੍ਰੀ ਅਕਾਲ ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਆਓ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਨੇ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਜਹਾਜ਼ਾਂ ਨੇ ਟੇਕ ਆਫ ਅਤੇ ਲੈਂਡਿੰਗ ਦੇ ਮੈਨੇਜਮੈਂਟ ਦੇ ਮਾਮਲੇ ਵਿੱਚ ਇੱਕ ਹੋਰ ਉਪਲਬਧੀ ਆਪਣੇ ਨਾਂ ਦਰਜ ਕਰਵਾ ਲਈ ਹੈ। CSMIA ਨੇ ਇੱਕ ਦਿਨ ਵਿੱਚ 1007 ਉਡਾਨਾਂ ਦੀ ਆਵਾਜਾਈ ਸੰਭਾਲਣ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜੂਨ ਵਿੱਚ ਇਸ ਹਵਾਈ ਅੱਡੇ ਵਿੱਚ 103 ਵਾਰ ਜਹਾਜ਼ ਦਾ ਟੇਕ ਆਫ ਅਤੇ ਲੈਂਡਿੰਗ ਦਾ ਰਿਕਾਰਡ ਬਣਾਇਆ ਗਿਆ ਸੀ। ਸੂਤਰਾਂ ਮੁਤਾਬਕ ਬਿਜ਼ਨਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਲੈ ਕੇ ਜਾਣ ਅਤੇ ਆਉਣ ਵਾਲੇ ਜਹਾਜ਼ਾਂ ਕਰਕੇ ਇਸ ਏਅਰਪੋਰਟ 'ਤੇ ਆਵਾਜਾਈ ਥੋੜ੍ਹੀ ਵੱਧ ਗਈ ਹੈ। ਮੁੰਬਈ ਅੰਤਰਰਾਸ਼ਟਰੀ ਏਅਰਪੋਰਟ ਲਿਮਿਟ ਦੇ ਸਕੱਤਰ ਨੇ ਸ਼ਨੀਵਾਰ ਨੂੰ 1007 ਜਹਾਜ਼ਾਂ ਦੀ ਆਵਾਜਾਈ ਦੀ ਪੁਸ਼ਟੀ ਕੀਤੀ ਹੈ, ਪਰ ਉਹਨਾਂ ਨੇ ਆਵਾਜਾਈ ਵਧਣ ਦਾ ਕਾਰਨ ਨਹੀਂ ਦੱਸਿਆ। ਚੰਡੀਗੜ੍ਹ ਬੈਂਕਾਂ ਤੋਂ ਹਜ਼ਾਰਾਂ ਕਰੋੜ ਦੇ ਗਪਲੇ ਦੀ ਧੋਖਾਧੜੀ ਸੰਬੰਧੀ ਅੱਜ UK ਦੀ ਅਦਾਲਤ ਵਿੱਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਕੇਸ ਦੀ ਸੁਣਵਾਈ ਹੋਵੇਗੀ। ਹਵਾਲਗੀ ਬਾਅਦ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਲਿਆਂਦਾ ਜਾ ਸਕਦਾ ਹੈ। ਇਸ ਸਥਿਤੀ ਵਿੱਚ ਮੁੰਬਈ ਦੀ ਆਰਥਰ ਰੋਡ ਦੀ ਜੇਲ੍ਹ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਮਾਲਿਆ ਲਈ ਉੱਚੀ ਸੁਰੱਖਿਆ ਵਾਲੀ ਬੈਰਕ ਵੀ ਤਿਆਰ ਕਰ ਲਈ ਹੈ। ਕਿੰਗਫਿਸ਼ਰ ਏਅਰਲਾਈਨ ਦੇ ਸਾਬਕਾ ਮੁਖੀ ਵਿਜੇ ਮਾਲਿਆ ਪਿਛਲੇ ਸਾਲ ਅਪ੍ਰੈਲ ਵਿੱਚ ਹਵਾਲਗੀ ਵਾਰੰਟ 'ਤੇ ਗ੍ਰਿਫਤਾਰੀ ਪਿੱਛੋਂ ਜ਼ਮਾਨਤ 'ਤੇ ਬਾਹਰ ਘੁੰਮ ਰਿਹਾ ਹੈ। ਜੇਲ੍ਹ ਦੇ ਅਧਿਕਾਰੀ ਨੇ ਕਿਹਾ ਕਿ ਜੇ ਮਾਲਿਆ ਨੂੰ ਹਵਾਲਗੀ ਮਿਲਣ ਤੋਂ ਬਾਅਦ ਇੱਥੇ ਲਿਆਂਦਾ ਗਿਆ ਤਾਂ ਉਸਨੂੰ ਜੇਲ੍ਹ ਅੰਦਰ 2 ਮੰਜ਼ਿਲਾ ਇਮਾਰਤ ਵਿੱਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ 26/11 ਦੇ ਮੁੰਬਈ ਹਮਲੇ ਦੇ ਦੋਸ਼ੀ ਅਜਮਲ ਕਸਾਬ ਨੂੰ ਵੀ ਇਸੇ ਜੇਲ੍ਹ ਦੇ ਹਿੱਸੇ ਵਿੱਚ ਰੱਖਿਆ ਗਿਆ ਸੀ। ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਦੀ ਅਗਵਾਈ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਬਾਹਰ ਵਾਲੇ ਪਾਸੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਬਾਦਲ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਦੀ ਮੰਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਕਰ-ਏ-ਕੌਮ ਦੀ ਉਪਾਧੀ ਵਾਪਸ ਲਈ ਜਾਏ। ਇਸ ਤੋਂ ਇਲਾਵਾ ਅਕਾਲੀ ਦਲ ਕੋਲੋਂ ਵੀ ਗੁਰਦੁਆਰਾ ਸੰਭਾਲ ਪ੍ਰਬੰਧ ਵਾਪਸ ਲਏ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪੋਸਟਰ ਵੀ ਫੜੇ ਹੋਏ ਨੇ। ਚੰਡੀਗੜ੍ਹ ਮੌਸਮ ਏਜੰਸੀ ਸਕਾਈਮੈਟ ਨੇ ਦੱਸਿਆ ਕਿ ਉੱਤਰੀ ਭਾਰਤ ਵਿੱਚ ਪੱਛਮੀ ਇਲਾਕੇ ਵੱਲੋਂ ਗੜਬੜੀਆਂ ਆ ਰਹੀਆਂ ਨੇ। ਇਹ ਅੱਗੇ ਵੱਧਦੀਆਂ ਹੋਈਆਂ ਉੱਤਰ ਪਾਕਿਸਤਾਨ ਨੇੜੇ ਕਸ਼ਮੀਰ ਕੋਲ ਆ ਗਈਆਂ ਹਨ। ਇਸ ਦੇ ਅਸਰ ਕਰਕੇ ਪਹਾੜੀ ਇਲਾਕਿਆਂ ਵਿੱਚ ਚੰਗੀ ਮੌਸਮੀ ਹਲਚਲ ਦੇਖਣ ਨੂੰ ਮਿਲੇਗੀ। ਨਤੀਜੇ ਵਜੋਂ ਉੱਤਰੀ ਭਾਰਤ ਵਿੱਚ ਬਾਰਿਸ਼ ਵੀ ਹੋ ਸਕਦੀ ਹੈ। ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਵਿੱਚ ਵੀ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਪਹਾੜਾਂ ਵਿੱਚ ਹੋ ਰਹੀ ਮੌਸਮੀ ਤਬਦੀਲੀ ਦਾ ਅਸਰ ਮੈਦਾਨਾਂ ਵਿੱਚ ਦੇਖਣ ਨੂੰ ਮਿਲੇਗਾ, ਜਿਸ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ। ਅੰਮ੍ਰਿਤਸਰ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਰਖਵਾਏ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਮੀਡੀਆ ਦੇ ਮੁਖਾਤਿਬ ਹੋਏ, ਪਰ ਉਹਨਾਂ ਦੇ ਪੁੱਤਰ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆਉਂਦੇ ਸਮੇਂ ਮੀਡੀਆ ਦੇ ਮੁਖਾਤਿਬ ਨਹੀਂ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਆਪਣੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਦੀ ਮਾਫ਼ੀ ਮੰਗੀ ਹੈ, ਪਰ ਗਲਤੀਆਂ ਕੀ ਹੋਈਆਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਮੌਕੇ ਉਹਨਾਂ ਹੱਥ ਜੋੜ ਕੇ ਸਿੱਖ ਸੰਗਤ ਕੋਲੋਂ ਵੀ ਮਾਫ਼ੀ ਮੰਗੀ। ਅੱਜ ਦਾ ਦਿਨ ਸਾਰੀ ਦੁਨੀਆ ਵਾਸਤੇ ਬੜਾ ਪਵਿੱਤਰ ਤੇ ਧਾਰਮਿਕ ਦਿਨ ਹੈ। ਅੱਜ ਦੇ ਦਿਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੱਡੀ ਦਾ ਗੁਰਗੱਦੀ ਜਿਹੜੀ ਗੁਰਗੱਦੀ ਦਾ ਸੇਵਾ ਅੱਜ 3 ਦਿਨ ਖਾਲਸਾ ਪੰਥ ਦੀ ਜਥੇਬੰਦੀ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਸਤਿਆਂ 'ਤੇ ਚੱਲਣ ਵਾਲੀ ਸ਼੍ਰੋਮਣੀ ਅਕਾਲੀ ਦਲ ਦਾ 3 ਦਿਨ ਦਾ ਜੋ ਸਮਾਗਮ ਸੀ, ਧਾਰਮਿਕ ਸਮਾਗਮ ਸੀ, ਗੁਰੂ ਸਾਹਿਬ ਤੋਂ, ਆਪਣੇ ਪਿਤਾ ਤੋਂ, ਆਪਣੇ ਗੁਰੂ ਤੋਂ, ਆਪਣੇ ਮਾਲਕ ਤੋਂ ਜਿਸ ਤਰ੍ਹਾਂ ਭੁੱਲਾ ਬਖਸ਼ਾ ਹੁੰਦਾ ਸਮਾਗਮ ਸੀ। ਜੋ ਵੀ ਉਹਨਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਤੋਂ ਬਤੌਰ ਸਰਕਾਰ ਜਾਂ ਬਤੌਰ ਪਾਰਟੀ ਜਾਂ ਬਤੌਰ ਸ਼੍ਰੋਮਣੀ ਕਮੇਟੀ ਕੋਈ ਵੀ ਗਲਤੀ ਜਾਂ ਭੁੱਲ ਹੋਈ ਹੈ, ਗੁਰੂ ਸਾਹਿਬ ਬਖਸ਼ਣਹਾਰ ਹੈ, ਉਹ ਬਖਸ਼ ਦੇ। ਦੇਖੋ ਨਟ ਸ਼ੈਲ 'ਚ 2 ਲਫ਼ਜ਼ਾਂ 'ਚ ਇਹੀ ਹੈ ਕਿ ਗੁਰੂ ਦੇ ਦਰ 'ਤੇ ਅਸੀਂ ਉਹਨਾਂ ਤੋਂ ਜੋ ਭੁੱਲਣਾ ਹੈ ਉਹਦੀ ਬਖਸ਼ਿਸ਼ ਕਰਾਉਣ ਵਾਸਤੇ ਹਾਜ਼ਰ ਹੋਏ ਹਾਂ। ਔਰ ਗੁਰੂ ਸਾਹਿਬਾਨ ਹਮੇਸ਼ਾ ਹੀ ਆਪਣੇ ਦਾਸੜਿਆਂ ਨੂੰ
ਬਖਸ਼ ਮਾਫੀ ਦਿੰਦੇ ਆ ਜੇ ਕੋਈ ਗਲਤੀ ਹੋਵੇ ਇੰਨਾ ਕੀ ਹੈ ਨਹੀਂ ਨਹੀਂ ਭੁੱਲਾਂ ਨਹੀਂ ਕਿ ਮੈਂ ਗੁਰੂ ਨੂੰ ਲਿਸਟਾਂਗੇ ਦੇਖੋ ਨਹੀਂ ਇਹ ਨਹੀਂ ਹੁੰਦਾ ਭੁੱਲਾਂ ਜੋ ਕੁਛ ਹੈ ਜਾਣੇ ਅਣਜਾਣੇ ਭੁੱਲਾਂ ਹੋਈਆਂ ਕੋਈ ਵੀ ਹੈ ਗੁਰੂ ਸਾਹਿਬ ਜਾਣੀ ਜਾਣ ਹੈ ਹਰ ਵਕਤ ਆਪਣੇ ਵਿਚ ਮੌਜੂਦ ਹੈ ਉਹਨਾਂ ਤੋਂ ਮਾਫ਼ੀ ਮੰਗਣ ਵਾਸਤੇ ਪੈਰਿਸ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਖਿਲਾਫ਼ ਪ੍ਰਦਰਸ਼ਨ ਹੋਰ ਪੱਕ ਗਿਆ ਹੈ ਐਤਵਾਰ ਨੂੰ ਲੋਕਾਂ ਨੇ ਮੈਕਰੋਂ ਇਸਤੀਫਾ ਦਿਓ ਦੀਆਂ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕੀਤਾ ਇਸ ਦੇ ਚੱਲਦੇ 1700 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇਸ਼ ਭਰ ਵਿੱਚ ਸਖ਼ਤ ਸਿਕਿਉਰਿਟੀ ਦੇ ਪ੍ਰਬੰਧ ਵੀ ਕੀਤੇ ਗਏ ਨੇ ਫਰਾਂਸ ਵਿੱਚ ਪੈਟਰੋਲੀਅਮ ਉਤਪਾਦਾਂ ਦਾ ਟੈਕਸ ਵਧਣ ਸੰਬੰਧੀ ਸ਼ੁਰੂ ਹੋਇਆ ਪ੍ਰਦਰਸ਼ਨ ਸ਼ਨੀਵਾਰ ਨੂੰ ਹਿੰਸਕ ਹੋ ਗਿਆ ਸੀ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਹੋਈ ਝੜਪ ਵਿੱਚ 110 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਨੇ ਨਵੀਂ ਦਿੱਲੀ ਅੱਜ ਤੋਂ ਤਾਜ ਮਹਿਲ ਘੁੰਮਣ ਦੀ ਟਿਕਟ 5 ਗੁਣਾ ਮਹਿੰਗੀ ਹੋ ਗਈ ਹੈ ਮਿਨਿਸਟਰੀ ਆਫ ਕਲਚਰ ਦੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਪਹਿਲਾਂ 8 ਅਗਸਤ ਨੂੰ ਤਾਜ ਮਹਿਲ 'ਚ ਐਂਟਰੀ ਦੀ ਲੱਗਣ ਵਾਲੀ ਫੀਸ ਨੂੰ ਵਧਾਇਆ ਗਿਆ ਸੀ ਉਸ ਵੇਲੇ ਭਾਰਤੀਆਂ ਲਈ ਟਿਕਟ 'ਚ 10 ਰੁਪਏ ਅਤੇ ਵਿਦੇਸ਼ੀ ਸੈਲਾਨੀਆਂ ਲਈ ਟਿਕਟ ਵਿੱਚ 100 ਰੁਪਏ ਦਾ ਵਾਧਾ ਕੀਤਾ ਗਿਆ ਸੀ ਪਹਿਲਾਂ ਤਾਜ ਮਹਿਲ ਘੁੰਮਣ ਦੀ ਫੀਸ 50 ਰੁਪਏ ਸੀ ਜਿਸ ਨੂੰ ਹੁਣ ਸਿੱਧਾ 200 ਰੁਪਏ ਵਧਾ ਕੇ 250 ਰੁਪਏ ਕਰ ਦਿੱਤਾ ਗਿਆ ਹੈ ਵਿਦੇਸ਼ੀ ਸੈਲਾਨੀਆਂ ਦੀ ਫੀਸ 1100 ਰੁਪਏ ਤੋਂ ਵਧਾ ਕੇ 1300 ਰੁਪਏ ਕਰ ਦਿੱਤੀ ਗਈ ਹੈ ਨਵੀਂ ਦਿੱਲੀ ਅਮਰੀਕਾ 'ਚ ਬਿਊਟੀ ਕੰਟੈਸਟ ਜਿੱਤ ਚੁੱਕੀ ਇੱਕ ਮਾਡਲ ਤੇ ਨਾਬਾਲਿਗ ਨੂੰ ਅਸ਼ਲੀਲ ਤਸਵੀਰਾਂ ਭੇਜਣ ਦਾ ਇਲਜ਼ਾਮ ਲੱਗਿਆ ਹੈ ਮਾਡਲ ਤੇ ਕੇਸ ਵੀ ਦਰਜ ਹੋ ਗਿਆ ਹੈ 28 ਸਾਲ ਦੀ ਮਾਡਲ ਅਤੇ ਟੀਚਰ ਰੈਸਲੇ ਬੀਅਰਸ ਨੇ ਸਾਲ 2014 ਵਿੱਚ ਮਿਸ ਕੈਂਟਰੀ ਦਾ ਖਿਤਾਬ ਜਿੱਤਿਆ ਸੀ ਹੁਣ ਇਸ ਤੇ ਇਲਜ਼ਾਮ ਹੈ ਕਿ ਉਸਨੇ 15 ਸਾਲ ਦੇ ਨਾਬਾਲਿਗ ਸਟੂਡੈਂਟ ਨੂੰ ਆਪਣੀ ਕੁਝ ਨਗਨ ਤਸਵੀਰਾਂ ਭੇਜੀਆਂ ਨੇ ਪੁਲਿਸ ਨੇ ਮਾਡਲ ਦਾ ਖਿਤਾਬ ਦੇ ਚੁੱਕੀ ਮਾਡਲ ਖਿਲਾਫ਼ ਸੈਕਸ਼ੁਅਲ ਹਰਾਸਮੈਂਟ ਦਾ ਕੇਸ ਦਰਜ ਕੀਤਾ ਹੈ ਪੁਲਿਸ ਵਿੱਚ ਦਰਜ ਸ਼ਿਕਾਇਤ 'ਚ ਨਾਬਾਲਿਗ ਦੇ ਪਿਓ ਨੇ ਕਿਹਾ ਕਿ ਉਹਨਾਂ ਦਾ ਬੇਟਾ ਰੈਸਲੇ ਦੇ ਕੋਲ ਪੜ੍ਹਨ ਜਾਂਦਾ ਸੀ ਬਰਨਾਲਾ ਪਿੰਡ ਸੰਘੇੜਾ ਦੀ ਗਊਸ਼ਾਲਾ ਦੇ ਕੋਲ ਵਿਅਕਤੀ ਦੀ ਜ਼ਮੀਨ ਵਿੱਚ ਦੱਬੀ ਹੋਈ ਲਾਸ਼ ਮਿਲੀ ਹੈ ਮ੍ਰਿਤਕ ਦੀ ਪਛਾਣ ਅਜਾਇਬ ਸਿੰਘ ਵਜੋਂ ਹੋਈ ਹੈ ਜੋ ਜੰਗਰਾਓ ਦੇ ਪਿੰਡ ਰਤਨ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸਨ ਉਹ ਕਈ ਦਿਨਾਂ ਤੋਂ ਲਾਪਤਾ ਸੀ ਪੁਲਿਸ ਨੇ JCB ਦੀ ਮਦਦ ਨਾਲ ਕਈ ਘੰਟਿਆਂ ਦੀ ਮੁਸ਼ਕਤ ਬਾਅਦ ਲਾਸ਼ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਿਆ ਪਿੰਡ ਰਤਨ ਦੇ ਸਰਪੰਚ ਨੇ ਦੱਸਿਆ ਕਿ ਬੀਤੀ 4 ਦਸੰਬਰ ਨੂੰ ਬਾਬਾ ਅਜਾਇਬ ਸਿੰਘ ਨੂੰ ਗੁਰਦੁਆਰਾ ਸਾਹਿਬ ਤੋਂ ਕੁਝ ਬੰਦੇ ਲੈ ਗਏ ਸੀ ਇਸ ਦੇ ਬਾਅਦ ਉਹਨਾਂ ਦੀ ਕੋਈ ਖਬਰ ਨਹੀਂ ਆਈ ਇਸ ਦੇ ਬਾਅਦ ਉਹਨਾਂ ਨੇ ਪੁਲਿਸ ਨੂੰ ਬਾਬਾ ਅਜਾਇਬ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਰ ਦਿੱਤੀ ਪੁਲਿਸ ਨੇ ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਫਿਲਹਾਲ ਕਤਲ ਦੇ ਕਾਰਨਾਂ ਬਾਰੇ ਅਜੇ ਕੁਝ ਸਾਫ਼ ਨਹੀਂ ਹੋਇਆ ਫਾਜ਼ਿਲਕਾ ਅਰੁਣਾਚਲ ਪ੍ਰਦੇਸ਼ ਵਿੱਚ ਸ਼ਹੀਦ ਹੋਏ 19 ਸਿੱਖ ਰੈਜੀਮੈਂਟ ਦੇ ਲਾਂਸ ਨਾਇਕ ਸੁਖਚੈਨ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਉਹਨਾਂ ਦੇ ਜੱਦੀ ਪਿੰਡ ਇਸਲਾਮਵਾਲਾ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸ਼ਹੀਦ ਨੂੰ ਫੌਜ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਪਰਿਵਾਰ ਦੇ ਪਿੰਡ ਵਾਲਿਆਂ ਨੇ ਸ਼ਰਧਾਂਜਲੀ ਭੇਟ ਕੀਤੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁਖਚੈਨ ਸਿੰਘ ਛੁੱਟੀ ਕੱਟਣ ਲਈ ਆਪਣੇ ਪਿੰਡ ਆਇਆ ਹੋਇਆ ਸੀ ਪਰ ਬੀਤੀ 4 ਦਸੰਬਰ ਨੂੰ ਛੁੱਟੀ ਖਤਮ ਹੋਣ ਤੋਂ 2 ਦਿਨ ਪਹਿਲਾਂ ਆਪਰੇਸ਼ਨ ਲਈ ਵਾਪਸ ਬੁਲਾ ਲਿਆ ਗਿਆ ਸੀ ਅਤੇ ਡਿਊਟੀ ਤੇ ਹਾਜ਼ਰ ਹੁੰਦੇ ਹੀ ਆਪਰੇਸ਼ਨ ਤੇ ਚਲਾ ਗਿਆ ਅਤੇ ਮੁਕਾਬਲੇ ਦੌਰਾਨ ਦੇਸ਼ ਲਈ ਆਪਣੀ ਜਾਨ ਦੇ ਗਿਆ ਖਬਰਾਂ ਦੇ ਬੁਲੇਟਿਨ ਨਾਲ ਬਣੇ ਰਹਿਣ ਲਈ ਧੰਨਵਾਦ।